ਨੀ ਮਹਾਂਪੁਰਸ਼ ਪਾਠ ਕਰਦਿਆਂ ਕਰਦਿਆਂ ਤੇ ਜਿਹਦੇ ਕੋਲ ਗੱਲ ਵੀ ਕਰਦੇ ਨਾ ਜੇ ਕੋਲ ਗੱਲ ਵੀ ਕਰਦੀ ਨਾ ਤੇ ਰੋਂਦਿਆਂ ਰੋਂਦਿਆਂ ਹੀ ਕਰਦੀ Thank you.
ਬਾਬਾ ਜੀ ਬਾਬਾ ਜੀ ਵਜਨ ਸੁਣਾਉਂਦੇ ਆਂਦੇ ਸਾਡੇ ਦੀਵਾਨ ਜਾਂ ਕਰੋ ਵਾਲੇ ਤੇ ਜਾਂ ਮਰੋ ਵਾਲੇ ਹੁੰਦੇ ਸੀ ਆਂਦੇ ਅਸੀਂ ਤੇ ਉਹ ਵਾਲੇ ਸੁਣੇ ਆ ਜਿਹੜੇ ਮਨ ਮਰੋ ਤੱਕ ਪਹੁੰਚਦੇ ਸੀ ਬਾਬਾ ਜੀ ਦੇ ਪੁਰਾਣੇ ਦੀਵਾਨ ਸੁਣੀਦੇ ਆ ਨਾ ਤੇ ਅਸੀਂ ਸੋਚ ਵੀ ਨਹੀਂ ਸਕਦੇ ਵੀ ਉੱਥੋਂ ਤੱਕ ਕਿਸੇ ਦੀ ਆਵਾਜ਼ ਆ ਇਹ ਹਮਾਰਾ ਜੀਵਣਾ ਤੂੰ ਸਹਿਬ ਸੱਚੇ ਵੇਖ ਵਾਹ ਕੀ ਤੈਨੂੰ ਆਖੀਏ ਉਹ ਵੀ ਪਰਦੇਸ ਚਲੇ ਗਏ ਆਏ ਨਹੀਂ ਤੂੰ ਵੀ ਚਲੇ ਗਿਆ ਤੇ ਆਇਆ ਨਹੀਂ ਆਹ
ਗੁਰਾਂ ਨਾਲ ਸਤਿਗੁਰੂ ਜਗੀਰ ਸਿੰਘ ਪਾਤਸ਼ਾਹ ਜੀ ਰਾਗ ਦੇ ਧਨੀ ਮੇਰੇ ਸਤਿਗੁਰੂ ਰਾਗ ਦੇ ਦਾਤੇ ਜਨਮ ਦਾਤੇ ਜਿਨ੍ਹਾਂ ਨੂੰ ਆਖਿਆ ਜਾਂਦਾ ਏ ਜਿਨ੍ਹਾਂ ਦਾ ਨਾਂ ਹੀ ਬੇਅੰਤ ਹੀ ਆ ਕਮਣ ਕਮਣ ਗੁਣ ਕਹਿ ਕਹਿ ਗਾ ਸਤਿਗੁਰੂ ਤੇਰੇ ਗੁਣਾਂ ਦਾ ਕੀ ਵਰਣਨ ਕਰ ਸਕਦੇ ਆ ਤੇ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਜੀ ਬੈਠੇ ਵਿੱਚ ਰਾਗੀ ਸ਼ਬਦ ਪੜ੍ਹ ਲਏ ਰਾਗੀ ਸ਼ਬਦ ਪੜ੍ਹ ਲਏ ਇੱਕ ਮਸਤਾਨਾ ਉੱਥੋਂ ਆਇਆ ਭੱਜਾ ਭੱਜਾ ਆਇਆ ਆ ਕੇ ਉਹ ਆਪਣੇ ਰੰਗ ਚ ਪੜ੍ਹ ਡਹਿ ਪਿਆ ਤੇ ਰਾਗੀਆਂ ਨੇ ਵੇਖਿਆ ਜਰਾ ਕਿ ਸਾਡੀ ਸੁਰ ਦੇ ਵਿੱਚ ਫਰਕ ਪਾਉਂਦਾ ਏ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਜੀ ਆਂਦੇ ਜਿੱਥੇ ਉਹਦੀਆਂ ਸੁਰਾਂ ਪਹੁੰਚੀਆਂ ਹੈ ਨਾ ਆ ਉੱਥੇ ਨੀ ਤੇਰੀਆਂ ਪਹੁੰਚੀਆਂ ਓਏ ਆ ਕੇ ਵੇਖ ਲੈ ਉਹ ਹਾਲ ਮਸਤਾਨਿਆ ਸਾਡੇ ਨਾਲ ਮਸਤਾਨਾ ਹੀ ਇੱਕ ਦਿਨ ਆਂਦਾ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਬਟਾਲੇ ਆਏ ਖਰੇ 30 ਸਾਲ ਦੀ ਗੱਲ ਦੱਸਣ ਦੇ ਹੀ ਬਟਾਲੇ ਆਏ ਤੇ ਮੈਂ ਆਂਦਾ ਮਸਤਾਨਾ ਹੋ ਗਿਆ ਤੇ ਮੇਰਾ ਮਨ ਕਰੇ ਵੀ ਸੰਗਤ ਮੇਰੇ ਉੱਤੋਂ ਦੀ ਲੰਘ ਕੇ ਮੱਥਾ ਟੇਕੇ ਆਂਦਾ ਏ ਪ੍ਰਬੰਧਕ ਉੱਠੇ ਮੈਨੂੰ ਬਾਹਾਂ ਤੋਂ ਫੜ ਕੇ ਤੇ ਬਾਹਰ ਛੱਡ ਆਏ ਆਂਦਾ ਮੈਂ ਫੇਰ ਭੱਜ ਕੇ ਆਇਆ ਮੇਰਾ ਮਨ ਉਹ ਹੀ ਸੰਗਤ ਮੇਰੇ ਉੱਤੋਂ ਦੀ ਲੰਘ ਕੇ ਜਾਵੇ ਤੇ ਫੇਰ ਮੈਨੂੰ ਪ੍ਰਬੰਧਕ ਫੇਰ ਛੱਡਦਾ ਮੈਂ ਫੇਰ ਭੱਜ ਕੇ ਆ ਗਿਆ ਆ ਦੁਆਨ ਮਸਤਾਨਿਆਂ ਦੇ ਆ ਆਂਦਾ ਮੈਂ ਫੇਰ ਭੱਜ ਕੇ ਆ ਗਿਆ ਮੈਨੂੰ ਫੇਰ ਛੱਡਣ ਗਏ ਤੇ ਮੈਨੂੰ ਆਂਦਾ ਡੰਡਾ ਵੇਖਿਆ ਹੀ ਨਾ
ਕਹਿੰਦਾ ਅੱਜ ਭਾਵੇਂ ਮੇਰੀ ਜਾਨ ਵੀ ਨਿਕਲ ਜਾਏ ਉਹ ਵੀ ਨਹੀਂ, ਉਹਦੀ ਵੀ ਨਹੀਂ ਮੈਨੂੰ ਪਰਵਾਹ, ਇਹ ਡੰਡਾ ਕੀ ਆ। ਉਹ ਜੀ ਤੂੰ ਤੇ ਆਪ ਵੀ ਉਹ ਦੀਵਾਨਾ ਤੇਰੇ ਨੋ ਸੁਣੀ ਪਈ ਬ੍ਰਿਜ ਸਾਰੀ ਫਿਰ ਵਿਛੜਿਆਂ ਦੀ ਗੱਲ ਗੁੱਗੇ ਜਾਣਣ ਉਹ ਜਿਹੜੇ ਫਿਰਦੇ ਕੇ ਸਿਖਲਾਰੀ ਜਿਹੜੇ ਫਿਰਦੇ ਕੇ ਸਿਖਲਾਰੀ ਤੂੰ ਤੇ ਆਪ
ਬੈਠਾ ਬੈਠਾ ਰੋ ਪੈਂਦੇ ਹੁੰਦੇ ਉਹਨੂੰ ਯਾਦ ਕਰਕੇ। ਕਬੀਰ ਜੀ ਅੱਗੇ ਕੀ ਆਉਂਦੇ ਆ, ਫਿਰ ਉਹਦੇ ਫਿਰ ਜਿੰਦਾ ਕੌਣ ਕੌਣ ਨਹੀਂ ਆ, ਕਿਸੇ ਨੂੰ ਬਿਮਾਰੀ ਲੱਗ ਜਾਂਦੇ ਉਹ ਵੀ ਜਿੰਦਾ ਰਹਿੰਦਾ ਕਿੰਨਾ ਕਿੰਨਾ ਚਿਰ ਪਈ, ਆਂਦੇ ਫਿਰ ਜਿੰਦਾ ਕੌਣ ਹੀ ਆ, ਕੌਣ ਜਿਹੜਾ ਅੰਦਰੋਂ ਅੰਦਰੀ ਮਰਿਆ ਰਹਿੰਦਾ ਮਾਈ ਬੈਠੀ।
सच्चे पाशा सतगुरु राम सिंह पाशा गान बजे रखते हैं पीछे पीछे तुरिया जाता ना ले आके वो कहने मेरा माई नहीं है क्या चीनी आड़ा ओए वो मेरा चीनी आड़ा है नूतिया जाता कहने नहीं है क्या माही भी पई गल्ला रही है कोई साड़ा माही पई ले आके कोई और एक अर्थ करे तो ना ले आके सतगुरु राम सिंह ने साथ हमारी ਨਾਲੇ ਸੱਚ ਪਾਤਸ਼ਾਹ ਦੇ ਸਾਥ ਕੀ ਪੜ੍ਹਦੇ ਹੁੰਦੇ ਸੀ ਉਹ ਜੀ ਭਾਈ ਮੈਂ ਦੀਵਾਨੀ ਪਰ ਜਾ ਕੇ ਬੱਜੀਆਂ ਨੇ ਆਪ ਜੀ ਗੁਸਤਾਂ ਨੂੰ ਚੜ੍ਹ ਕੇ ਕਾਜ ਤੇ
ਮੇਰੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਹੜੇ ਸ਼ਬਦ ਲਿਖਦੇ ਆ ਨਾ, ਸਤਿਗੁਰੂ ਰਾਮ ਸਿੰਘ ਪਾਤਸ਼ਾਹ ਆਪਣੇ ਸਾਰਿਆਂ ਨੂੰ ਬਖਸ਼ੇ ਜੀ। ਉਹ ਜੀ ਦਿਲ ਲਾ ਲਿਆ ਬੇ ਮਨਵਾ ਵੇਖੋ ਇਹਨਾਂ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ, ਕੌਣ ਆ ਮੈਨੂੰ ਫੜਨ ਵਾਲੇ।
ਜੇ ਕੌਣਿਆ ਮੈਨੂੰ ਫੜ ਲੜੇ ਬਈ ਕਿਰਪਾ ਕਰੇ ਗੁਰੂ ਅਜੇ ਸਾਡੇ ਪਹਿਲੇ ਨੀ ਆਏ ਤੇ ਦੂਜੇ ਵੀ ਜਾ ਕੇ ਬੈਠੇ ਆ ਤੇ ਸਾਡੀ ਅਰਜ ਆਪਣੇ ਚਰਨਾਂ ਚ ਪ੍ਰਵਾਨ ਕਰ ਇੱਕ ਸ਼ਬਦ ਪਾਲੀਏ ਉਹ ਜੀ ਮੇਰੇ ਸਾਡੇ ਉਹ ਰੰਗ ਰਸ ਬਖਸ਼ਣ ਫੇਰ ਕਿਹੜੇ ਗੁਰੂ ਜਗਜੀਤ ਸਿੰਘ ਦੇ ਘਰ ਜਿਹੜੇ ਮਾਨੇ ਆ ਨਾ ਬਾਬਾ ਜੀ ਦੇ ਨਾਲ ਇੱਥੇ ਇੰਨੀਆਂ ਅਰਜ ਬੇਨਤੀਆਂ ਕਰਦੇ ਖਿਮਾ ਮੰਗਦੇ ਆ ਜੀ ਇਹ ਸਾਡੇ ਜੀ ਸਾਡੀ ਕਮਲਿਆਂ ਰਮਲਿਆਂ ਦੀਆਂ ਕਮਲੀਆਂ ਰਮਲੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ